ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਗਮਾਨਪੁਰ, ਤਹਿਸੀਲ ਅੰਮ੍ਰਿਤਸਰ ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਅੰਮ੍ਰਿਤਸਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੀਰ ਜੀ ਹੋਣਾ ਦਾ, ਸ਼ਹਿਰ ਦੇ ਬਿਲਕੁਲ ਨਾਲ ਹੀ ਆ। ਅਤੇ ਯਾਦਵਿੰਦਰ ਭਾਅ ਜੀ ਹੋਣਾਂ ਕੋਲ ਆਪਾਂ ਆਏ ਹਾਂ। ਅੱਜ ਤੁਹਾਨੂੰ ਟੋਟਲ 3 ਮੱਝਾਂ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 2 ਸੂਈਆਂ ਅਤੇ 1 ਤੁੱਕੜ ਗੱਭਣ ਚੈੱਕ ਪਾਸ ਆ ਜਿਹੜੀ। ਅਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਹੈ ਕਿ ਆਪਣੇ ਇੱਥੇ ਆ ਕੇ 2 ਟਾਈਮ ਚਵਾਈ ਕਰਕੇ, ਤਸੱਲੀ ਕਰਕੇ, ਪਾਸ ਕਰਕੇ ਫਿਰ ਹੀ ਖੜੋ, ਕਿਉਂਕਿ ਤੁਸੀਂ ਪੈਸੇ ਖਰਚਣੇ ਆ। ਸਾਰੀਆਂ ਚੀਜ਼ਾਂ ਆਪ ਵੇਚ ਚਾਹ ਕੇ ਖੜਿਆ ਕਰੋ, ਆਪਣੀ ਸਮਝਣਾ ਅਤੇ ਆਪਣੀ ਗਰੰਟੀ 'ਤੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬਾ ਜੀ, ਹੋਰ ਸੁਣਾਓ, ਠੀਕ ਠਾਕ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ, ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਦਿਓ ਕਰੀ ਫਿਰ। ਨਾਮ ਮੇਰਾ ਜਗਵਿੰਦਰ ਸਿੰਘ ਜੀ। ਹਾਂਜੀ। ਪਿੰਡ ਗਮਾਨਪੁਰਾ, ਤਹਿਸੀਲ ਦੇ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ, ਸ਼ਹਿਰ ਦੇ ਬਿਲਕੁਲ ਨਾਲ ਹੀ ਆ ਹਨਾ? ਬਿਲਕੁਲ ਜੀ, ਬਿਲਕੁਲ। ਇੰਡੀਆ ਗੇਟ ਤੋਂ 3 ਕਿਲੋਮੀਟਰ, ਛੇਟਾ ਸਾਹਿਬ ਗੁਰਦੁਆਰਾ ਵਾ। ਹਾਂਜੀ, ਉੱਥੋਂ ਵੀ 3 ਕਿਲੋਮੀਟਰ। ਤੇ ਫੋਨ ਨੰਬਰ ਬੋਲ ਦਿਓ। 8360997778। ਠੀਕ ਹੈ ਜੀ। 9797915671। ਠੀਕ ਹੈ। ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇੱਧਰ। ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ? ਸੂਈ ਨੂੰ ਵੀਰ ਜੀ 8 ਦਿਨ ਲਾ ਲਈ, ਕੋਈ 10 ਦਿਨ ਲਾ ਲਈ। ਅੱਛਾ, ਤਾਜ਼ੀ ਸੂਈ ਆ। ਦੁੱਧ ਕਿੰਨਾ ਤਿਆਰ ਹੈ? 2 ਕਿਲੋ ਦੁੱਧ ਤਿਆਰ ਆ। ਤਿਆਰ ਜਿਹੜਾ ਬਿਲਕੁਲ 8 ਕਿਲੋ ਦੀ ਬਿਲਕੁਲ ਗਾਰੰਟੀ ਦਵਾਂ, ਕੋਈ ਧਾਰ ਨਾ ਮਾਰੇ। ਕਿੰਨਾ ਕੁ ਦੁੱਧ ਕਰੀ ਜਾਊਗੀ? 10 ਤੋਂ ਬਾਹਰ ਜਾਊਗੀ ਮੱਝ। ਅੱਛਾ, ਹਾਂਜੀ, ਮੈਲਾ ਮੁਲਾ ਮਾਰ ਕੇ 10 ਤੋਂ ਬਾਹਰ ਚਲੀ ਜਾਊਗੀ। ਤੋਰੋ ਹਾਂ ਫਿਰ ਇੱਕ ਕਰੀ ਨੂੰ। ਬੱਚਾ ਇਹਦਾ ਆ ਜ ਮਗਰ ਕੱਟਾ ਕੱਟੀ ਜੇ ਕੱਟਾ ਜੇ ਨੀਲੀ ਦਾ, ਆਹ ਨੀਲੀ ਦਾ ਕੱਟਾ ਜੇ ਦੇ ਮਗਰ, ਤਾਜ਼ਾ ਹੀ ਆ ਬੱਚਾ ਜਿਹੜਾ, ਜੇ ਜ਼ਿਆਦਾ ਦਿਨਾਂ ਦਾ ਨਹੀਂ ਹੈ। ਬਾਕੀ ਉਸ ਤਰ੍ਹਾਂ ਇਹ ਆ ਵੀ ਕੱਦ ਕਾਠ ਚੰਗੇ ਦੀ ਆ। ਤੇ ਥੱਲਿਆਂ ਚੰਗੀ ਬਣੀ ਆ, ਆਹ ਦੇਖ ਸਾਡੇ। ਬਾਕੀ ਖੜੇ ਕੋ ਸਾਂਭ ਵਾਲਾ ਦੁੱਧ ਇਹਨੇ ਚੰਗਾ ਕੱਢੀ ਜਾਣਾ ਵਾ। ਸਾਨੂੰ ਦੂਰ ਤੋਂ ਇੱਕ ਵਾਰੀ ਦੇਖ ਸਕਦੇ ਜੇ ਕੱਦ ਕਾਠ ਉਸ ਤਰ੍ਹਾਂ ਚੰਗਾ ਵਾ। ਇੱਕ ਵਾਰੀ ਲੈ ਜਾ ਸਿੱਧੀ ਵਿੱਧੀ। ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਵਾ, ਤੇ ਮਿਲਕ ਵੀ ਇਹਨੇ ਵੀ ਚੰਗੀ ਲੱਗੀ ਆ। ਬਾਕੀ ਖੜੇ ਕੋਈ ਸਾਂਭ ਵਾਲਾ, ਮੱਝ ਰਾਜੀ ਵੀ ਹੋ ਜਾਣੀ ਆ ਤੇ ਇਹਨੇ ਦੁੱਧ ਵੀ ਚੰਗਾ ਕੱਢੀ ਜਾਣਾ। ਆਹ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਆਪਾਂ ਲਾਗੇ। ਤੇ ਮੁੱਲ ਫਿਰ ਵੀਰ ਜੀ ਇਹਦਾ? ਮੁੱਲ ਤੇ ਵੀਰ ਜੀ 65,000 ਕਰ ਦਿੰਦੇ ਜੀ। ਜਾਇਜ਼ ਕਰ ਦਈਏ ਵਿੱਚੋਂ ਕੁਛ, 62 ਦੀ ਦੇ ਦਈਏ। 62 ਦੀ ਦੇ ਦਈਏ? ਹਾਂਜੀ, ਕੀ ਕਰ ਦਈਏ ਮਾਨਤਾ ਨਾਲ? ਮਤਲਬ ਜਿੰਨਾ ਕਰਾਉਣਾ ਕਰਾ ਲਓ ਭਾਜੀ, ਛੋੜ ਛੋੜ ਕਰਕੇ ਸਾਰਾ ਕੰਮ ਮੁਕਾਮ ਕੂ ਕੇ 60 ਚੋਂ 2 ਛੱਡ ਦਈਏ। ਚਲੋ 58,000 ਦੀ ਦੇ ਦਾਂਗੇ, 58,000 ਤੋਂ ਛੋਟ ਹੀ 100 ਰੁਪਇਆ ਹੋਣੀ ਜੀ। ਠੀਕ ਹੈ ਜੀ, ਕਿਉਂਕਿ ਵੀਰ ਭਰਾ ਬਾਅਦ ਚੋਂ ਕਰਦੇ ਨਹੀਂ, 52 ਲੈ ਲਾ 53 ਲੈ ਲਾ, ਕਿਉਂਕਿ ਇਹ ਰੇਟ ਸਾਡੇ ਫਿਕਸ ਆ। ਹਾਂਜੀ ਹਾਂਜੀ, ਇਹ ਚ 2-400 ਦਾ ਹੀ ਮਾਣ ਹੋਣਾ, ਜ਼ਿਆਦਾ ਨਹੀਂ ਹੁੰਦਾ। ਠੀਕ ਹੈ ਜੀ, ਹਾਂਜੀ ਠੀਕ ਹੈ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਵੀ ਸੂਈ ਸਵਾਈ ਆ। ਤੇ ਇਹਦਾ ਬੱਚਾ ਹੈਗਾ ਜੀ? ਭਾਜੀ ਬੱਚਾ ਤੇ ਹੈਗਾ, ਇਹ ਪਿਛਲੀ ਵੀਡੀਓ ਤੇ ਆਪਾਂ ਪਾਈ ਸੀ। ਅੱਛਾ, ਬੱਚਾ ਗਿਆ ਜੀ ਮਾਰੂ ਨੂੰ। ਅੱਛਾ, ਕੱਲ ਤਾਂ ਮਰਿਆ ਵਾ। ਠੀਕ ਹੈ, ਤੇ ਅਸੀਂ ਟੀਕੇ ਤੇ ਚੋਈ ਜੀ ਕੋਡੰਗ। ਠੀਕ ਹੈ, ਕੱਲ ਤਾਂ ਮਰਿਆ ਤੇ ਕੱਲ ਅਸੀਂ ਟੀਕੇ ਤੇ ਚੋਈ ਆ। ਇਹਦਾ ਉਹੀ ਥੋੜੀ ਜਿਹੜੀ ਉੱਚੇ ਬੱਚੇ ਵਾਲੀ? ਹਾਂ, ਉੱਚੇ ਬੱਚੇ ਵਾਲੀ। 1.5 ਮਹੀਨੇ ਦੀ ਗੱਭਣ ਅਸੀਂ ਚੈੱਕ ਨਹੀਂ ਕਰਾਈ ਫਿਰ ਵੀ। ਠੀਕ ਆ, ਕਿਉਂਕਿ ਜਿਹੜੇ ਕਰਮਾਂ 'ਚ ਉਹ ਕਰਾਲੇ ਚੈੱਕ, ਕਿਉਂਕਿ ਜਦੋਂ ਅਸੀਂ ਰੱਖਣੀ ਨਹੀਂ ਆ। ਠੀਕ ਹੈ, 7 ਕਿਲੋ ਜਿਹੜਾ ਦੁੱਧ ਆ ਮੌਕੇ ਤੇ ਤਿਆਰ ਹੈ। ਤਿਆਰ ਜਿਹੜਾ? ਠੀਕ ਆ, ਤੇ ਤੋਰੋ ਹਾਂ ਫਿਰ ਇੱਕ ਵਾਰੀ ਨੂੰ।
ਬੱਚਾ ਜਿਹੜਾ ਇਹਦਾ ਇੱਥੇ ਭੱਜਣ ਦਾ ਸੀ, ਬੱਚੇ ਦਾ ਜਿਹੜਾ ਕਰਦੀ ਆ ਬੱਚਾ ਇਹਦਾ ਜਿਹੜਾ ਹੁਣ ਮਰ ਗਿਆ। ਥੱਲੇ ਥਣ ਹਵਾ ਇਹਦੇ ਕਰੀ ਲੱਗ ਗਏ ਤਾਂ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੁਣ ਪੱਕਾ ਹੈਗਾ ਇਹਦੇ ਕੋਲ, ਅਤੇ ਬਾਕੀ ਥਣ ਵੀ ਇਹਦੇ ਤੁਹਾਨੂੰ ਲੱਗ ਦਿਓ ਦਿਖਾ ਦਈਏ। ਆਹ ਦੇਖ ਸਾਡੇ ਥਣ, ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਸਵੇਰਾ ਸਵੇਰ ਦਾ ਵਾ, ਅਜੇ ਚਵਾਈ ਜਿਹੜੀ ਹੋਣ ਵਾਲੀ ਹੈ ਇਹਨਾਂ ਦੀ। ਲੈ ਜਾਓ ਤੋੜ ਦਿਓ। ਦੇਖ ਸਕਦੇ ਹਵਾਨਾ ਇਹਦਾ ਲੱਗ ਗਿਆ ਤਾਂ ਠੀਕ ਹੈ ਜੀ। ਤੇ ਵੀਰ ਜੀ ਇਹਦੇ ਅਗਲੇ ਥਾਂ ਚ 5-7 ਧਾਰਾਂ ਦਾ ਫਰਕ ਵੀ ਆ ਜਿਹੜੇ ਨਿੱਕੇ ਜੀ ਕੇ ਮਤਲਬ ਬੈਣੀ ਵਾਲੇ ਦੇ ਕੇ ਦੂਜੇ ਚ ਬੈਣੀ ਬਾਈ ਦੀ ਦੂਜੀ ਬੈਣੀ ਤਾਂ ਆ ਜਿਹੜੇ ਚ ਠੀਕ ਹੈ 5-7 ਧਾਰਾਂ ਦਾ ਫਰਕ ਵੀ ਜੀ ਠੀਕ ਹੈ। ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਅਸੀਂ ਹੁਣ ਫੰਡਰਾਂ ਵਾਲਾ ਹੀ ਕਰ ਦੇਣਾ ਇਹਦਾ ਕਿੰਨਾ 45,000 ਦੇ ਦਿੱਤਾ ਵੀਰ ਜੀ ਘਰ ਦੀ ਵਿੱਚ ਥੋੜਾ ਕਮਾਨ ਤਾਂ ਕਰਾਓ ਜਿੰਨਾ ਕਰਾਉਣਾ ਇੱਕ ਹੋਰ ਹੀ ਹੁਣ 43-45 ਦੇ ਲਾਗੇ ਬੰਨੇ ਦੇ ਦਈਏ 42,000 ਦੀ ਜੈਸ ਨੂੰ ਹੀ ਦੇ ਦਾਂਗੇ। ਅੱਛਾ ਭਾਵੇਂ ਹੁਣ ਕੋਈ ਵੇਚ ਲੈ 42 ਦੀ ਉਦਾਂ 2 ਨੰਬਰ 'ਚ ਵੀ 42 ਦੀ ਆ। ਇਹ ਆ ਕਿ ਚੋਗੇ ਤੇ ਫੇਰ ਭਾਵੇਂ, ਬਾਕੀ ਇਹ ਵੀ ਚਲੋ ਜੇ ਕਿਤੇ ਗੱਬਨ ਨਿਕਲ ਆਵੇ ਫਿਰ ਕਿਹੜਾ ਚਲੋ ਜ਼ਰੂਰ ਤਾਂ ਹੀ ਹੋ ਜੀ ਤਾਂ ਹੀ ਨਹੀਂ ਤਾਂ ਹੁਣ ਕਿਸੇ ਨੇ ਫੜਾਈ ਵੀ ਗੱਬਾਂ ਕਰਕੇ ਦਿੱਤੀ। ਬਾਕੀ ਭਾਰੇ ਪੱਲੇ ਦੀ ਮੱਝ ਆ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਊਗਾ ਜੀ। 14-15 ਕਿਲੋ ਦੁੱਧ ਚੋਂਦੀ ਰਹੀ ਜਾਂਦੇ ਮੇਰੇ ਕੋਲ ਮੱਝ ਬੜੀ ਚੰਗੀ 14-15 ਕਿਲੋ ਦੀ ਉਹਨਾਂ ਵਿੱਚ ਪਾਈ ਆ। ਅੱਛਾ ਹਾਂਜੀ ਠੀਕ ਹੈ ਜੀ 14-15 ਲੀਟਰ ਜਿਹੜਾ ਇਹਨੇ ਸੱਜਣ ਨੇ ਚਵਾਇਆ ਦੁੱਧ। ਤੇ ਹੁਣ ਇੱਕ ਆ ਗਈ ਆਪਣੇ ਕੋਲ ਤੋਕੜ ਗੱਬਣ ਚੈੱਕ ਪਾਸ, ਕਿੰਨੇ ਚਿਰ ਦੀ ਚੈੱਕ ਪਾਸ ਹੈ ਵੀਰ ਜੀ? ਇਹ ਵੀਰ ਜੀ 5-5.5 ਮਹੀਨੇ ਦੀ ਚੈੱਕ ਪਾਸ ਹੈ। ਅੱਛਾ ਘਰ ਵਾਲਿਆਂ ਦੇ ਮੁਤਾਬਿਕ 5.5 ਹੈ, ਡਾਕਟਰ ਦੇ ਮੁਤਾਬਿਕ 5 ਮਹੀਨੇ ਦੀ ਹੈ। ਅੱਛਾ ਜਿਹੜੇ ਚੈੱਕ ਕੀਤੀ ਹੈ ਕਿੰਨਾ ਕਾਗਜ਼ੀ ਲਿਖਿਆ ਉਹ ਅੰਦਰ 5.5 ਮਹੀਨੇ ਹੋ ਗਏ। ਠੀਕ ਹੈ ਹਾਂਜੀ। ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ 5 ਕਿਲੋ ਜੀ। 5 ਕਿਲੋ ਦੁੱਧ ਹੈ, ਤੋਰੋ ਹਾਂ ਫਿਰ ਕਰੀ ਨਾ। ਬਾਕੀ ਕੱਦ ਕਾਠ ਪੱਖਾਂ ਸਾਰੀਆਂ ਤਾਂ ਉੱਚੀ ਆ, ਚੰਗੇ ਪਿੱਠ ਪੁੜੇ ਜਿਹਾ ਜਿਹੜੀ ਹੈ ਵੀ। ਦੁੱਧ ਦੇ ਇਹਨੇ ਵੀ ਸੱਜਰ ਨੇ ਚੰਗਾ ਕੱਢਿਆ ਹੋਣਾ ਵਾ। ਬਹੁਤ ਵਧੀਆ ਜੀ। ਹੁਣ ਦੱਸੋ ਦੇ ਮੁਤਾਬਕ ਕੀ ਕਰੀਏ, ਲੋਕੀ ਬੜਾ ਕੁ ਦੱਸ ਦਿੰਦੇ ਪਰ ਅਸੀਂ ਚੋਇਆ ਨਹੀਂ ਜਦੋਂ। ਠੀਕ ਆ, ਬਾਕੀ ਚਲੋ ਕੋਈ ਵੀਰ ਆਪਣੀ ਸਮਝ ਨਾ ਵੇਖ ਲੇ। ਦੁੱਧ ਵੀ ਦਿੰਦੀ ਆ ਤੇ ਬਾਕੀ ਗਾਂ ਵੀ ਗੱਬਣ ਆ। ਮਗਰ ਵੀ ਕੱਟਾ ਜੇ ਬੜਾ। ਅੱਛਾ ਬੱਚਾ ਹੈਗਾ ਜੀ ਇਹਦਾ? ਬੱਚਾ ਵੀ ਹੈਗਾ ਇਹਦੇ ਮਗਰ ਕੱਟਾ। ਬਾਕੀ ਇਹ ਆ ਵੀ ਇਹਨੇ ਹੁਣ ਵੀ ਦੁੱਧ ਦੇਈ ਜਾਣਾ ਵਾ, ਬਾਅਦ ਚ ਜਦੋਂ ਇਹਨੇ ਸੋਣਾ ਵਾ ਤੇ ਫਿਰ ਸਾਰੀਆਂ ਗਰਮੀਆਂ ਦੁੱਧ ਚ ਆਉਣਾ ਵਾ। ਪਰ ਗਰਮੀ ਤੇ ਸੁਣੀ ਆ। ਹਾਂਜੀ ਪਰ ਗਰਮੀ ਭਾਈ ਪੂਰੀ ਪੂਰੇ 5 ਮਹੀਨੇ ਦੇ ਪਏ ਆ ਸੋਣ ਚ, ਉਦੋਂ ਇਹਨੇ ਗਰਮੀਆਂ ਫਿਰ ਕੱਢ ਜਾਣੀਆਂ। ਥਾਨ ਬਹੁਤ ਚੰਗਾ ਲੱਗਾ, ਥਾਨ ਵੀ ਦੇਖ ਸਕਦੇ। ਬਾਕੀ ਮਿਲਕ ਵੇਨ ਵੀ ਚੰਗੀ ਲੱਗੀ ਆ ਤੇ ਮਗਰ ਇਹਦੇ ਕੱਟਾ ਵੀ ਆ। ਕੱਟਾ ਵੀ ਪੂਰਾ ਪਲਿਆ 5-6 ਹਜ਼ਾਰ ਦਾ ਕੱਟਾ ਹੀ ਹੈ। ਠੀਕ ਹੈ ਜੀ। ਹਾਂਜੀ ਹਾਂਜੀ ਕਿਹੜਾ ਆ ਕੱਟਾ ਖਲੋਤਾ ਸਮਾਂ? ਆਹ ਕੱਟਾ ਜਿਹੜਾ ਖਲੋਤਾ ਜੀ, ਆਹ ਕੱਟਾ ਖਲੋਤਾ ਜਿਹੜਾ ਇਹਦਾ ਪੂਰਾ ਜੱਟ ਬਲੈਕ ਵੀ ਇੱਕ ਰੰਗ ਕਾਲਾ ਜੀ, ਉਸਦਾ ਵਾਲ ਵੀ ਨਹੀਂ ਚਿੱਟਾ ਗਾ। ਪਲਿਆ ਫਲੋਸਾ ਕੱਟਾ ਜਿਹੜਾ ਇਹਦੇ ਮਗਰ ਵੇਖੋ। ਤੇ ਮੁੱਲ ਫਿਰ ਇਹਦਾ? ਮੁੱਲ ਇਹਦਾ ਤੇ ਕਰਦੇ ਜੇ 65,000। 65,000 ਹੈ ਹਾਂਜੀ। ਤੇ ਜੈਸ ਨੂੰ ਕਿੰਨੇ ਦੀ ਜੀ? 60 ਦੀ ਦੇ ਦਈਏ? ਨਹੀਂ ਕਰੀਏ ਮਾਨਤਾ ਨਾ ਹੋਰ ਕਰੀਏ, 55 ਦੀ ਦੇ ਦੇਣੇ ਲਾਸਟ। ਇੱਕੋ ਗੱਲ ਹਾਂਜੀ
ਕੋਈ 50-52 ਦੇ ਲਾਗੇ ਬੰਨੇ ਕਰੀਏ ਇਹਨੇ 50-52 ਦੇ ਵਿੱਚ ਫਿਰ 52,000 ਦੀ ਜਸਨ ਹੋਣੀ। ਅੱਛਾ 52 ਦੀ ਦੇ ਦੋ, 52,000 ਤੋਂ ਛੋਟ ਹੋ ਜੂਗੀ। ਠੀਕ ਹੈ ਜੀ, ਕੋਈ ਫੋਨ ਲਾਵੇ ਕਰੀ, ਹਨਾ ਫੋਨ ਲਾਵੇ, ਕੋਈ ਗੱਲ ਨਹੀਂ, ਮਾਨ ਕਰਾਂਗੇ ਪੂਰਾ ਵੀ ਇਦਾਂ। ਠੀਕ ਹੈ ਜੀ, ਤੇ 3,000 ਅੱਜ ਫਿਰ 3,000 ਜੀ, ਤੇ ਬਾਕੀ ਇਹ ਵੀ ਇੱਥੋਂ ਕੋਈ ਚਵਾਈ ਕਰਕੇ, ਹਨਾ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਖੜੇ। ਠੀਕ ਹੈ, ਕਿਉਂਕਿ ਬਾਅਦ ਚੋਂ ਵੀ ਜਿਹੜਾ ਅਸੀਂ ਲਾਮਾ ਦੇਣਾਗੇ ਇਹਨੂੰ ਉਹ ਗਲਤ ਗੱਲ ਹੈ। ਹਾਂਜੀ ਹਾਂਜੀ, ਇੱਥੇ ਆਵੇ ਚੋਵੇ ਥਾਣ ਵੇਖੇ ਜਿਹੜੀ ਗੱਲ ਹੋਊਗੀ ਪਹਿਲਾਂ ਦੱਸ ਦਾਂਗੇ ਆਹ ਗੱਲ ਹੈ ਵੀਰ ਜੀ। ਠੀਕ ਹੈ ਜੀ, ਬਾਕੀ ਚਲੋ ਆਪਣੀ ਤਸੱਲੀ ਕਰਕੇ ਖਾਣ ਵੀ ਭਲਾ। ਠੀਕ ਹੈ ਜੀ, ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਆਪਣੀ ਸਮਝਣਾ, ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਤਸੱਲੀ ਕਰਕੇ ਖੜੋ ਜੀ।